ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਵਿੱਚ ਇਸ ਵੇਲੇ ਗਰਮੀ ਕਹਿਰ ਢਾ ਰਹੀ ਹੈ। ਗੱਲ ਬਠਿੰਡਾ ਦੀ ਕਰ ਲਈਏ ਤਾਂ ਬਠਿੰਡਾ ਵਿੱਚ ਅੱਜ ਇੱਕੋ ਦਿਨ ਗਰਮੀ ਦੇ ਕਹਿਰ ਨੇ ਦੋ ਜਾਨਾਂ ਲੈ ਰਹੀਆਂ ਨੇ, ਜਦੋਂ ਕਿ ਕਰੀਬ ਅੱਧਾ ਦਰਜਨ ਲੋਕ ਗਸ਼ ਖਾ ਕੇ ਡਿੱਗੇ ਨੇ। ਬਠਿੰਡਾ ਵਿੱਚ ਹੋਈਆਂ ਦੋ ਮੌਤਾਂ ਦੀ ਗੱਲ ਕਰੀਏ ਤਾਂ ਬੀਤੇ ਕੱਲ੍ਹ ਗੋਨੈਣਾ ਰੋਡ 'ਤੇ ਅਚਾਨਕ ਬੇਹੋਸ਼ ਹੋ ਕੇ ਡਿੱਗਿਆ ਇੱਕ ਜੰਮੂ ਨਿਵਾਸੀ ਅੱਜ ਇਲਾਜ ਅਧੀਨ ਦਮ ਤੋੜ ਗਿਆ। ਦੂਜੀ ਮੌਤ ਬਠਿੰਡਾ ਦੇ ਮਾਡਲ ਟਾਊਨ ਫੇਜ਼ 3 ਨਿਵਾਸੀ ਸੁਰਿੰਦਰਪਾਲ ਦੀ ਹੋਈ ਹੈ। ਸੁਰਿੰਦਰਪਾਲ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲਾਟਰੀ ਟਿਕਟ ਵੇਚ ਰਿਹਾ ਸੀ ਕਿ ਅਚਾਨਕ ਦੁਪਹਿਰ ਬਾਅਦ ਗਸ਼ ਖਾ ਕੇ ਡਿੱਗ ਪਿਆ। ਸੁਰਿੰਦਰਪਾਲ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਅਧੀਨ ਉਸਨੇ ਦਮ ਤੋੜ ਦਿੱਤਾ। ਬੇਸਿਕਲੀ ਹੀਟ ਸਟ੍ਰੋਕ ਦੇ ਕਾਰਨ ਹੀ ਹੋਇਆ, ਗਰਮੀ ਬਹੁਤ ਜ਼ਿਆਦਾ ਹੈਗੀ ਜਿਸ ਦੇ ਕਰਕੇ ਬੰਦੇ ਗਰਮੀ ਝੱਲ ਨਹੀਂ ਸਕਦੇਗੇ, ਟੈਂਪਰੇਚਰ ਰਾਈਜ਼ ਹੋ ਜਾਂਦਾ, ਬਾਡੀ 'ਚੋਂ ਡੀਹਾਈਡਰੇਸ਼ਨ ਹੋਣੀ ਸ਼ੁਰੂ ਹੁੰਦੀ ਹੈ, ਪਾਣੀ ਨਿਕਲਦਾ ਰਹਿੰਦਾ ਹੈਗਾ, ਬੰਦੇ ਨੂੰ ਪਤਾ ਨਹੀਂ ਲੱਗਦਾ, ਉਸ ਟਾਈਮ 'ਤੇ ਫਿਰ ਚੱਕਰ ਆ ਜਾਂਦਾ, ਬੰਦਾ ਡਿੱਗ ਜਾਂਦਾ ਹੈਗਾ। ਗਰਮੀ ਦੇ ਇਸ ਕਹਿਰ ਨੂੰ ਲੈ ਕੇ ਪਹਿਲਾਂ ਤੋਂ ਹੀ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ, ਯਾਨੀ ਕਿ ਮੌਸਮ ਖਤਰਨਾਕ ਪੱਧਰ 'ਤੇ ਹੈ। ਸੋ ਜ਼ਾਹਿਰ ਹੈ ਇਸ ਗਰਮੀ ਤੋਂ ਬਚਾਅ ਲਈ ਖੁਦ ਯਤਨ ਕੀਤੇ ਜਾਣ, ਨਹੀਂ ਤਾਂ ਇਹ ਮੌਸਮ ਤੁਹਾਡੀ ਸਿਹਤ 'ਤੇ ਅਤੇ ਜਾਨ 'ਤੇ ਭਾਰੀ ਪੈ ਸਕਦਾ ਹੈ। ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮ ਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।